ਸਤਿ ਸ੍ਰੀ ਅਕਾਲ ਸਾਰੇ ਕਿਸਾਨ ਵੀਰਾਂ ਨੂੰ ਅੱਜ ਆਪਾਂ ਕਰਦੇ ਆਂ ਜੀ ਗੱਲ ਪਨੀਰੀ ਆਪਾਂ 25 ਦਿਨ ਦੇ ਵਿੱਚ ਕਿਵੇਂ ਤਿਆਰ ਕਰ ਸਕਦੇ ਆ ਜੇ ਚੰਗੀ ਦੇਖਭਾਲ ਚੰਗੀਆਂ ਆਪਾਂ ਸਾਰੀਆਂ ਖਾਦਾਂ ਜੇ ਸਮੇਂ ਸਿਰ ਪਾਈਏ ਤਾਂ ਆਪਾਂ 25 ਦਿਨ ਦੇ ਵਿੱਚ ਪਨੀਰੀ ਤਿਆਰ ਕਰ ਸਕਦੇ ਆ ਸਭ ਤੋਂ ਪਹਿਲਾਂ ਜੀ ਜ਼ਮੀਨ ਨੂੰ ਵਾਹ ਲਓ ਜ਼ਮੀਨ ਨੂੰ ਵਾਹਣ ਉਪਰੰਤ ਉਸ ਵਿੱਚ ਘਟੋ ਘਟ ਜੇ ਆਪਾਂ ਗੱਲ ਕਰਾਂਗੇ ਜੇ ਇੱਕ ਕਨਾਲ ਦੀ ਉਸ ਵਿੱਚ ਰੂੜੀ ਪਾ ਦਿਓ ਰੂੜੀ ਪਾਉਣੀ ਹੈ ਜੀ ਆਪਾਂ ਕੱਚੀ ਰੂੜੀ ਨਹੀਂ ਪਾਉਣੀ ਜਮਾ ਗਲੀ ਸੜੀ ਰੂੜੀ ਜਿਵੇਂ ਆਪਣੀ ਪੁਰਾਣੀ ਰੂੜੀ ਕਹਿ ਦਈਏ ਉਹ ਰੂੜੀ ਪਾ ਦਿਓ ਉਸ ਨੂੰ ਹੌਣ ਤੋਂ ਉਪਰੰਤ ਉਸ ਨੂੰ ਰੂੜੀ ਪਾਉਣ ਤੋਂ ਬਾਅਦ ਉਸ ਨੂੰ ਜ਼ਮੀਨ ਨੂੰ ਭਰ ਦਿਓ ਕਿਉਂਕਿ ਜ਼ਮੀਨ ਦੇ ਵਿੱਚੋਂ ਜਿਹੜੀ ਆਪਣੀ ਰੂੜੀ ਵਿੱਚੋਂ ਗਰਮੀ ਗਰਮੀ ਨਿਕਲ ਜਾਵੇ ਪਰਨ ਤੋਂ ਬਾਅਦ ਪੂਰਾ ਫਲੱਡ ਕਰ ਦਿਓ ਯਾਨੀ ਕਿ ਪੂਰੀ ਭਰ ਤੋਂ ਪਰਨ ਤੋਂ ਬਾਅਦ ਉਸ ਨੂੰ ਬੱਤਰ ਆਉਣ ਤੱਕ ਬੱਤਰ ਆਉਣ ਦਿਓ ਤੇ ਇਹ ਪਰਨ ਨਾਲ ਬਹੁ ਨਾਲ ਇੱਕ ਤਾਂ ਹੋ ਜਾਏਗਾ ਜਿੰਨੇ ਵੀ ਪ੍ਰਾਣੀ ਨਦੀਨ ਗੰਦ ਜੋਗਣਾ ਹੋਏ ਉਹਗਾਏਗਾ ਪ੍ਰਾਣਾ ਵੀ ਸਾਰਾ ਉੱਗਾ ਹੋਵੇਗਾ ਜਿਸ ਨਾਲ ਪਨੀਰ ਦੇ ਵਿੱਚ ਗੰਦ ਘਟ ਹੋਵੇਗਾ ਉਸ ਤੋਂ ਬਾਅਦ ਜਿਨ੍ਹਾਂ ਦੀ ਪਿਛਲੀ ਵਾਰ ਨਿਮਾ ਟੁੱਟ ਦੀ ਸਮੱਸਿਆ ਆਈ ਸੀ ਪਨੀਰੀ ਦੀ ਵਿੱਚ ਇਹ ਦੋਗੀਆਂ ਦੇ ਵਿੱਚ ਪਨੀਰੀ ਮਦਰੀ ਰਹਿ ਜਾਂਦੀ ਤੁਸੀਂ ਬੁੱਟਾ ਪਟ ਕੇ ਵੇਖੋਗੇ ਜੜ ਜਿਹੜੀ ਇਹ ਪਨੀਰੀ ਦੀਆਂ ਜੜਾਂ ਦੇ ਐਂਡ ਤੇ ਅਖੀਰ ਤੇ ਗੰਡਾ ਬਣ ਜਾਂਦੀਆਂ ਨੇ ਕੁੰਡੀਦਾਰ ਗੰਡਾ ਬਣ ਜਾਂਦੀਆਂ ਨੇ ਜਿਸ ਨਾਲ ਪਨੀਰੀ ਗਰੋਥ ਨਹੀਂ ਕਰਦੀ ਇਸ ਨੂੰ ਆਪਾਂ ਨੀਮਾ ਟੋੜ ਦੀ ਸਮੱਸਿਆ ਕਹਿੰਦੇ ਆ ਜੇ ਕਿਸੇ ਵੀਰ ਦੇ ਜ਼ਮੀਨ ਦੇ ਵਿੱਚ ਹੈ ਗਈ ਹੈ ਉਹ ਪਨੀਰੀ ਬੀਜਣ ਤੋਂ ਇੱਕ ਹਫ਼ਤਾ 10 ਦਿਨ ਪਹਿਲਾਂ ਸਰੋਂ ਦੀ ਖਾਲ 1 ਕਿਲੋ ਇੱਕ ਮਰਲੇ ਦੇ ਵਿੱਚ ਹਿਸਾਬ ਨਾਲ ਵੇਖ ਲਓ ਜਿੰਨੀ ਬਣਦੀ ਜਿੰਨੇ ਮਰਲੇ ਬੀਜਣੇ ਓਨੇ ਕਿਲੋ ਖਾਦ ਇੱਕ ਹਫ਼ਤਾ 10 ਦਿਨ ਪਨੀਰੀ ਪੀਜਣ ਤੋਂ ਪਹਿਲਾਂ ਉਸ ਵਿੱਚ ਮਿੱਟੀ ਚਰਲਾ ਦਿਓ ਇਹ ਸਮੱਸਿਆ ਦੁਬਾਰਾ ਨਹੀਂ ਆਉਂਦੀ ਹੁਣ ਗੱਲ ਕਰਦੇ ਆ ਜੀ ਆਪਾਂ ਖਾਦਾਂ ਦੀ ਆਪਾਂ ਇੱਕ ਕਨਾਲ ਦੇ ਵਿੱਚ 3 ਤੋਂ 4 ਕਿਲੋ ਯੂਰੀਆ ਪਾਉਣੀ ਹੁੰਦੀ ਏ 7 ਤੋਂ 8 ਕਿਲੋ ਸੁਪਰ ਸਿੰਗਲ ਸੁਪਰ ਫਾਸਫੇਟ ਖਾਦ ਪਾਉਣੀ ਚਾਹੀਦੀ ਆਪਾਂ ਨੂੰ ਜੇ ਜ਼ਿੰਕ ਪਾਉਣੇ ਆ 21% ਵਾਲੀ ਤਾਂ 5 ਤੋਂ 6 ਕਿਲੋ ਜੇ ਆਪਾਂ 33% ਵਾਲੀ ਪਾਉਣੇ ਆ ਤਾਂ 3 ਤੋਂ 3.5 ਕਿਲੋ ਦੇ ਵਿੱਚ ਆਪਾਂ ਜ਼ਿੰਕ ਪਾ ਸਕਦੇ ਆ ਜ਼ਿੰਕ ਪਹਿਲਾਂ ਵੀ ਪਾ ਸਕਦੇ ਆ ਤੇ ਪਨੀਰੀ ਤੇ 10 ਦਿਨ ਪਨੀਰੀ ਵੇਚਣ ਤੋਂ 10 ਦਿਨ ਆਪਾਂ ਬਾਅਦ ਵੀ ਜ਼ਿੰਕ ਪਾ ਸਕਦੇ ਆ ਜੇਕਰ ਤੁਸੀਂ ਹੁਣੇ ਹੀ ਪਾਉਣੀ ਚਾਹੁੰਦੇ ਤਾਂ ਪਣੀਰੀ ਬੀਜਣ ਤੋਂ 10 ਦਿਨ ਬਾਅਦ ਆਪਾਂ ਜਿੰਕ ਪਾ ਸਕਦੇ ਹਾਂ ਜਿੰਕ ਵਧੀਆ 21% ਵਾਲੀ ਤੇ 33% ਵਾਲੀ ਦੋਵੇਂ ਪਾ ਸਕਦੇ ਹੋ ਜਿਹੜੀ ਤੁਸੀਂ ਪਾਉਣੀ ਚਾਹੁੰਦੇ ਚਾਹੁੰਦੇ ਹੋ ਜੇ ਆਪਾਂ ਗੱਲ ਕਰਦੇ ਹਾਂ ਪोटाश ਦੀ ਪोटाਸ਼ ਵੀ ਆਪਾਂ ਪਣੀਰੀ ਬੀਜਣ ਤੋਂ ਪਹਿਲਾਂ ਪਾ ਸਕਦੇ ਹਾਂ 4 ਤੋਂ 5 ਕਿਲੋ ਇੱਕ ਕਨਾਲ ਦੀ ਪਾ ਸਕਦੇ ਹਾਂ ਪोटाਸ਼ ਵੀ ਵਧੀਆ ਜ਼ਮੀਨ ਵਾਸਤੇ ਜੇ ਆਪਣੇ ਜ਼ਮੀਨਾਂ ਵਿੱਚ ਹੁਣ ਕਾਟ ਆਈ ਜਾਂਦੀ ਪोटाਸ਼ ਦੀ ਵੀ ਇਸ ਨਾਲ ਪਨੀਰੀ ਗਰੋਥ ਵਧੀਆ ਤੇ ਪਨੀਰੀ ਨਿਰੋਗ ਰਹਿੰਦੀ ਏ ਪਟਾਸ਼ ਬਾਉਣ ਨਾਲ ਇਹ ਆਪਾਂ ਖਾਦਾਂ ਪਹਿਲਾਂ ਪਾ ਦਿੱਤੀਆਂ ਜਾਣ ਪਨੀਰੀ ਬੀਜਣ ਤੋਂ ਪਹਿਲਾਂ ਜਿੰਕ ਆਪਾਂ ਬਾਅਦ ਚ ਵੀ ਪਾ ਸਕਦੇ ਆ ਪਹਿਲਾਂ ਵੀ ਪਾ ਸਕਦੇ ਆ ਜੇਕਰ ਇਹ ਖਾਦਾਂ ਪਾ ਦਿੱਤੀਆਂ ਜਾਣ ਤਾਂ ਪਨੀਰੀ 25 ਦਿਨ ਦੇ ਵਿੱਚ ਤਿਆਰ ਹੋ ਜਾਂਦੀ ਏ ਤੇ ਉਸ ਤੋਂ ਬਾਅਦ ਪਨੀਰੀ ਬੀਜਣ ਤੋਂ ਬਾਅਦ ਆਪਾਂ ਘਟੋ ਘਟ 10 ਦਿਨ ਬਾਅਦ ਆਪਾਂ ਯੂਰੀਆ ਦੀ ਪਹਿਲੀ ਡੋਜ਼ ਦੇਣੀ ਹੁੰਦੀ ਏ ਤੇ ਦੂਸਰੀ ਡੋਜ਼ ਆਪਾਂ 30 ਦਿਨ ਤੋਂ ਜਾਣੇ ਕਿ 27-28 ਦਿਨਾਂ ਬਾਅਦ ਦੇ ਸਕਦੇ ਹਾਂ ਜੇਕਰ ਆਪਣੀ ਪਨੀਰੀ ਖੇਤ ਵਿੱਚ ਖੜੀ ਏ ਕਿਸੇ ਕਾਰਨ ਕਰਕੇ ਨਹੀਂ ਅਵੇ ਅਜੇ ਲੱਗੀ ਤਾਂ ਆਪਾਂ 27-28 ਦਿਨ ਬਾਅਦ ਦੂਸਰੀ ਡੋਜ਼ ਦੇ ਸਕਦੇ ਹਾਂ ਯੂਰੀਆ ਦੀ ਜਦੋਂ ਵੀ ਪਨੀਰੀ ਆਪਾਂ ਪਟਾਉਣੀ ਏ ਲਾਉਣ ਵਾਸਤੇ ਤਾਂ ਭਰ ਕੇ ਪਟਾਓ ਪਾਣੀ ਨਾਲ ਭਰ ਲਓ ਪਹਿਲਾਂ ਪਨੀਰੀ ਨੂੰ ਫਿਰ ਪਨੀਰੀ ਦੀ ਪਟਾਈ ਕਰੋ ਕਿ ਆਪਾਂ ਗੱਲ ਕਰਦੇ ਆਂ ਬਾਕੀ ਜਦੋਂ ਪਨੀਰੀ ਆਪਾਂ ਬੀਜ ਦਿੰਨੇ ਆ ਉਸ ਤੋਂ ਬਾਅਦ ਆਪਾਂ ਜੇਕਰ ਪੱਤੇ ਜੰਗਾਲੇ ਹੋ ਜਾਂਦੇ ਨੇ ਜੰਗਾਲੇ ਪੱਤੇ ਤਾਂ ਸਾਰਿਆਂ ਨੂੰ ਪਤਾ ਵੀ ਜ਼ਿੰਕ ਦੀ ਘਾਟ ਹੁੰਦੀ ਹੈ ਜ਼ਿੰਕ ਦੀ ਘਾਟ ਹੋ ਜਾਂਦੀ ਤੇ ਇਸ ਤੇ ਜ਼ਿੰਕ ਦੀ ਸਪਰੇ ਕਰੋ ਜੇਕਰ ਨਵੇਂ ਪੱਤੇ ਆਪਣੇ ਸਫੇਦ ਚਿੱਟੇ ਨਿਕਲਦੇ ਨੇ ਜਿਹੜੇ ਨਵੇਂ ਪੱਤੇ ਸਫੇਦ ਹੁੰਦੇ ਨੇ ਤਾਂ ਲੋਹੇ ਦੀ ਤੁਸੀਂ ਸਪਰੇ ਕਰ ਸਕਦੇ ਹੋ ਇਹ ਨਿਸ਼ਾਨੀਆਂ ਨੇ ਇਸ ਦੀਆਂ ਜੇਕਰ ਪੱਤੇ ਪੱਤਣ ਜੰਗਾਲੇ ਰਹਿੰਦੇ ਨੇ ਜ਼ਿੰਕ ਦੀ ਸਪਰੇ ਕਰ ਦੋ ਜੇ ਚਿੱਟੇ ਪੱਤੇ ਹੁੰਦੇ ਨੇ ਜਿਹੜੇ ਨਵੇਂ ਦਮੇ ਪੱਤੇ ਨਿਕਲ ਰਹੇ ਨੇ ਚਿੱਟੇ ਨਿਕਲਦੇ ਨੇ ਤਾਂ ਉਸ ਤੇ ਆਪਾਂ ਸਪਰੇਅ ਕਰ ਸਕਦੇ ਆ ਲੋਹੇ ਦੀ ਸਪਰੇਅ ਤੇ ਇਹ ਲੋਹੇ ਦੀ ਕਾਟ ਉੱਥੇ ਹੋਂਦੀ ਜਿੱਥੇ ਜ਼ਿਆਦਾ ਸੋਕਾ ਹੋ ਜੇ ਪਣੀਰੀ ਨੂੰ ਪਣੀਰੀ ਨੂੰ ਚੰਗੀ ਤਰ੍ਹਾਂ ਪਰਕੇ ਰੱਖੋ ਜਦੋਂ ਸਪਰੇਅ ਕਰਨੀ ਹੈ ਤੇ ਉੱਪਰ ਆਪਾਂ ਲੋਹੇ ਦੀ ਸਪਰੇਅ ਕਰ ਸਕਦੇ ਆ ਫੈਰ ਸਲਫੇਟ ਇੱਕ ਕਨਾਲ ਦੀ ਜਿੰਨੀ ਵੀ ਤੁਸੀਂ ਪਣੀਰੀ ਬੀਜੀ ਹੋ ਉਸ ਹਿਸਾਬ ਨਾਲ ਇਹ ਨਿਸ਼ਾਨੀਆਂ ਜਿਹਨੇ ਉਸ ਤੋਂ ਬਾਅਦ ਇਹ ਪਣੀਰੀ ਜ਼ਿੰਕ ਦੀ ਘਾਟ ਨਾਲ ਪਨੀਰੀ ਗ੍ਰੋਥ ਘਟ ਕਰਦੀ ਏ ਪਨੀਰੀ ਜਿਹੜੇ ਪੱਤੇ ਜੰਗਾਲੇ ਜੇ ਹੋ ਜਾਂਦੇ ਨੇ ਤੇ ਪਨੀਰੀ ਕਦੇ ਤਿਆਰ ਨਹੀਂ ਹੁੰਦੀ ਇਹ ਸਾਨੂੰ ਆਪਣੀਆਂ ਵੀਰ ਖਾਦਾਂ ਜਿਹੜੀਆਂ ਆਪਾਂ ਪਨੀਰੀ ਬੀਜਣ ਤੋਂ ਪਹਿਲਾਂ ਪਾਉਣੀਆਂ ਸੀ ਇਹ ਸਾਰਾ ਕੁਝ ਸੇਪਾ ਖਾਦਾਂ ਦੀ ਚੰਗੀ ਤਰ੍ਹਾਂ ਦੇਖਭਾਲ ਕਰਦੇ ਆ ਪਨੀਰੀ ਦੀ ਕਿਉਂਕਿ ਮੁੱਢਲਾ ਪਹਿਲੀ ਪੌੜੀ ਝੋਨੇ ਦੀ ਚੰਗੇ ਝਾੜ ਦੇਣ ਵਾਸਤੇ ਪਨੀਰੀ ਜੇਕਰ ਪਨੀਰੀ ਆਪਣੀ ਤੰਦਰੁਸਤ ਹੋਵੇਗੀ ਵਧੀਆ ਨਿਰੋਗ ਹੋਵੇਗੀ ਤਾਂ ਆਪਣਾ ਅੱਗੇ ਜਾ ਕੇ ਝਾੜ ਵੀ ਬਹੁਤ ਵਧੀਆ ਹੋਵੇਗਾ ਕੋਸ਼ਿਸ਼ ਕਰੋ ਜਿਹੜੀ ਆਪਣੀ 140 45 ਦਿਨਾਂ ਵਾਲੀ ਵੈਰੈਟੀਆਂ ਨੇ ਛੋਣੇ ਦੀਆਂ ਜਾਨਕਿ 25 ਤੋਂ 30 ਦਿਨਾਂ ਦੇ ਵਿੱਚ ਪਨੀਰੀ ਇਹਨਾਂ ਦੀ ਲੱਗ ਜਾਵੇ